ਸਤਿ ਸ਼੍ਰੀ ਅਕਾਲ ਕਿਸਾਨ ਵੀਰਾਂ ਨੂੰ ਬਹੁਤ ਸਾਰੇ ਵੀਰ ਅਸਦੀਪ ਜੈਤ ਦਾ ਪੁੱਛਣ ਦਾ ਇਹੀ ਕਿ ਦੱਸਿਓ ਸਾਰਾ ਚਲੋ ਮੋਟੀ ਮੋਟੀ ਜੀ ਡਿਟੇਲ ਦੱਸ ਦਿੰਦੇ ਆ ਤੂੜੀਆਂ ਬਣਾਉਣ ਤੋਂ ਬਾਅਦ ਖੇਤ ਨੂੰ ਅਸੀਂ ਅੱਗ ਨਹੀਂ ਲਾਉਂਦੇ ਰਹਿਣ ਦੇ ਖੂਨ ਨੂੰ ਤੇ ਸਾਰਾ ਵੇਚੀ ਰਹਿਣ ਦੇ ਖੂਨ ਤੋਂ ਬਣਾਉਂਦੇ ਆ ਪਹਿਲੇ ਕਾਫੀ ਲੰਬੇ ਸਮੇਂ ਤੋਂ ਉਸ ਤੋਂ ਬਾਅਦ ਲੈਚਰ ਲੈਵਲਿੰਗ ਕਰਾਈਦਾ ਇਹ ਜੇ ਲੈਵਲਿੰਗ ਤੋਂ ਬਾਅਦ ਜਿਹੜੀ ਡੀਐਸਆਰ ਹਿਲ ਡ੍ਰਿਲ ਹੁੰਦੀ ਹੈ ਉਹਦੇ ਨਾਲ ਹੀ ਕੇਰਾ ਕਰਦੇ ਆ ਤੇ 4 ਤੋਂ 4.5 ਕਿਲੋ ਪ੍ਰਤੀ ਏਕੜ ਬੀਜ ਚਲੋ ਵੱਖ-ਵੱਖ ਰੈਰਾਈਟੀਆਂ ਦਾ ਕਿਹਦੇ ਦਾ 10 ਕਿਲੋ ਘਟਾ ਦਈਦਾ ਕਿਹਦੇ ਦਾ 10 ਕਿਲੋ ਬਸ ਇੱਥੇ ਹੀ ਅਸੀਂ ਰੱਖਦੇ ਆਂ ਇਹਦੀ ਬੀਜ ਦੀ ਮਾਤਰਾ ਤੇ ਆ ਤੁਸੀਂ ਵੇਖਣ ਦਾ ਇਹ ਵੀਡੀਓ ਦੇ ਵਿੱਚ ਆ ਫੋਟੋ ਦੇ ਵਿੱਚ ਵੀ ਜਰਮੀਨੇਸ਼ਨ ਪੂਰੀ ਵਧੀਆ ਆਈ ਆ ਬਜਾਈ ਤੋਂ ਬਾਅਦ ਅਸੀਂ ਜਿਹੜੀ ਬਜਾਈ ਆ ਇਹ ਕਰਦੇ ਅਸੀਂ ਸੁੱਕੇ ਵਾਲੀ ਤਰਵੱਤਰ ਵਾਲੀ ਨਹੀਂ ਅਸੀਂ ਕਰਦੇ ਤਰਵੱਤਰ ਵਾਲੀ ਦਾ ਹੁੰਦਾ ਹੈ ਕਿ ਤਰਵੱਤਰ ਵਾਲੀ ਬਜਾਈ ਕਰਕੇ ਜਦੋਂ ਉੱਪਰ ਬਾਰਸ਼ਾਂ ਪੈ ਜਾਂਦੀਆਂ ਨਾ ਉਹ ਫਿਰ ਅ ਕਰਾਂਡ ਹੋ ਜਾਂਦੀ ਉਹ ਜਰਮੀਨੇਸ਼ਨ ਦੀ ਬਹੁਤ ਦਿੱਕਤ ਆਉਂਦੀ ਹੈ ਤੇ ਨਾਲ ਦੀ ਨਾਲ ਹੀ ਅਸੀਂ ਪਾਣੀ ਲਾ ਦਿੰਨੇ ਆ ਪਾਣੀ ਛਾਉਣ ਤੋਂ ਬਾਅਦ ਉਹਦੇ ਉੱਪਰ ਸਟੌਂਪ ਤੇ ਸਾਥੀ ਦਵਾਈ 1 ਲੀਟਰ ਸਟੌਂਪ 80 ਗ੍ਰਾਮ ਸਾਥੀ ਦੀ ਸਪਰੇਅ ਕਰ ਦਈਦੀ ਚੋਹੀਆਂ ਘੰਟਿਆਂ ਦੇ ਵਿੱਚ ਵਿੱਚ ਪਾਣੀ ਲਾਉਣ ਤੋਂ ਬਾਅਦ ਤੇ ਅੰਡੇ ਨੂੰ ਇਹਨੂੰ ਚੋਨੇ ਨੂੰ ਜਰਮੀਨੇਸ਼ਨ ਕਰਾਉਣ ਵਾਸਤੇ ਦੋ ਗੀ ਪਾਣੀ ਦੇ ਲੋਡ ਹੁੰਦੀ ਆ ਇੱਕ ਪਹਿਲਾ ਲਾਤਾ ਇੱਕ ਚੌਥੇ ਗੀ ਦਿਨ ਲਾਤਾ ਉਸ ਤੋਂ ਬਾਅਦ ਜਰਮੀਨੇਸ਼ਨ ਹੁੰਦੀ ਆ ਫਿਰ ਆਪਾਂ ਆਪਣੀਆਂ ਜ਼ਮੀਨਾਂ ਦੇ ਹਿਸਾਬ ਨਾਲ ਪਾਣੀ ਲਾ ਸਕਦੇ ਆ ਅਸੀਂ ਤੇ ਪੂਰੇ ਸਕਾ ਦੇਣੇ ਆ ਜਿਵੇਂ ਤੁਸੀਂ ਪਿੱਛੇ ਵੀਡੀਓ ਚ ਵੇਖਿਆ ਖੇਤ ਪੂਰੇ ਐ ਪਾਪੜੀਆਂ ਉੱਠਣੀਆਂ ਹੁੰਦੀਆਂ ਜ਼ਮੀਨੀਆਂ ਗਈਆਂ ਇਹਨਾਂ ਇਹਨਾਂ ਸੋਕਾ ਲਵਾ ਕੇ ਵੀ ਪਾਣੀ ਪਿਲੋਲਣੇ ਤੇ ਬਾਕੀ ਜੇ ਦੀ ਜੇ ਨਦੀਨਤੀ ਬਾਅਦ ਚ ਦਿੱਕਤ ਆਵੇ ਉਹ ਜਿਹੜਾ ਨਦੀਨ ਹੋਏ ਉਸ ਹਾਂ ਨਾਲੀ ਸਪਰੇਅ ਹੋ ਜਾਂਦੀ ਆ ਜੇ ਜੇਦੇ ਸਵਾਗਸਾਨ ਕੀ ਹੋਵੇ ਨਾਮਨੀ ਗੋਲਡ ਹੋ ਜਾਂਦੀ ਹੈ ਜੇ ਚੌੜੀ ਪੱਤੀ ਹਲਾ ਹੋਵੇ ਐਲਮਿਕਸ ਹੋ ਜਾਂਦੀ ਹੈ ਤੇ ਇੱਕ ਜਿਹੜਾ ਆਪਣਾ ਉਹ ਜੜੀ ਕਾ ਊੜਾ ਕਾ ਹੁੰਦਾ ਉਹਦੇ ਵਾਸਤੇ ਫਿਰ ਰਾਈਸਟਾਰਟੀ ਸਪਰੇ ਹੋ ਜਾਂਦੀ ਹੈ ਤੇ ਜਿਹੜੀ ਇਹਦੀ ਖਾਦ ਆ ਖਾਦ ਨੂੰ ਅਸੀਂ 5 ਕਿਸ਼ਤਾਂ ਦੇ ਵਿੱਚ ਬੰਨੇ ਆ ਵੱਖ-ਵੱਖ ਰੈਡਿਟੀਆ ਦੇ ਸਾਵਣਾ ਖਾਦ ਘਟ ਵੱਧ ਪੈਂਦੀ ਆ ਉਹ ਇਦਾਂ ਹੈ ਕਿ ਪਹਿਲੀ 15 ਦਿਨ ਤੇ ਦੂਸਰੀ 25 ਦਿਨ ਤੇ ਤੀਸਰੀ 35 ਦਿਨ ਤੇ ਚੌਥੀ 45 ਦਿਨ ਤੇ ਤੇ ਪੰਜਵੀਂ 50 ਦਿਨ ਤੇ 50 ਦਿਨ ਦੇ ਵਿੱਚ ਵਿੱਚ ਇਹਦੀ ਜਿਹੜੀ ਸਾਰੀ ਆ ਕਾਦ ਕਰਾਗਾ ਉਹ ਪੂਰੀ ਕਰ ਦੰਨੇ ਆ ਕਿਉਂਕਿ ਇੱਕ ਸਾਈਡ ਚੋਨਾ ਆਪਣਾ ਸਦੀਪ ਜਾਈ ਕੀਤਾ ਹੋਇ ਇੱਕ ਸਾਈਡ ਕੱਦੂ ਕਰਕੇ ਲੱਗਾ ਹੋਵੇ ਜਿਹੜਾ ਸਦੀਪ ਜਾਈ ਵਾਲਾ ਉਹ 10 ਦਿਨ ਪਹਿਲਾਂ ਵੱਢਿਆ ਜਾਣਾ ਜਾਨੀ ਕਿ ਸੇਮ ਡੇਟ ਨੂੰ ਸਦੀਪ ਜਾਈ ਕੀਤੀ ਹੋਵੇ ਸੇਮ ਡੇਟ ਉਹਦਾਂ ਹੀ ਪਨੀਰੀ ਲਈ ਹੋਵੇ ਇੱਕ ਦਿਨ ਉਸ ਤੋਂ ਬਾਅਦ ਉਹ ਪਨੀਰੀ ਵਾਲਾ ਕੱਦੂ ਕਰਕੇ ਲਾ ਦਈਏ ਤੇ ਸਦੀਪ ਜਾਈ ਵਾਲਾ ਚਲੋ ਚੱਲੀ ਜਾਣਾ 10 ਦਿਨ ਦਾ ਫਰਕ ਪੈ ਜਾਂਦਾ ਇਹਨੂੰ ਇਹ ਪਹਿਲਾਂ ਤਿਆਰ ਹੋ ਜਾਂਦਾ ਸਦੀਪ ਜਾਈ ਵਾਲਾ ਤੇ ਆ ਜਿਵੇਂ ਸਾਬਾ ਚੁਣਦੇ ਆ ਉਹਨੂੰ ਅਸੀਂ ਢਾਈ ਕਿ ਬੈਗ ਜੂਰੀਆ ਬੰਨੇ ਆ ਜਿਹੜੀ ਆ 15 ਨਾ ਉਹ ਵੀ 1692 ਇਹਨੂੰ ਸਾਢੇ ਕਿਤੇ ਨ ਬੈਗ ਜੂਰੀਆ ਪੈਂਦੇ ਆ ਜਿਵੇਂ 26 ਚੋਂ ਨਾ ਆ ਗਿਆ ਉਹਨੂੰ ਸਾਢੇ ਕਿਤੇ ਨ ਬੈਗ ਜੂਰੀਆ ਪੈ ਜਾਂਦੀ ਆ ਜਿਹੜਾ ਆਪਣਾ ਸੁਪਰੀਮ 110 ਉਹਨੂੰ ਤਿੰਨ ਕਿ ਬੈਗ ਜੂਰੀਆ ਪੈਂਦੀ ਆ ਇਦਾਂ ਵੱਖੋ ਵੱਖਰੀਆਂ ਜਿਹੜੀਆਂ ਵੈਰੈਟੀਆਂ ਤੇ ਉਹ ਸਾਬਾ ਨਾ ਲੋਕੋ ਕ੍ਰਿਕਾਡ ਉਹਨੇ ਦਰਦੀਆ ਬਾਕੀ ਜਿੰਕ 10-10 ਕਿਲੋ ਅਸੀਂ ਪਾਉਣੇ ਆ ਤੇ ਜਿਹੜੀ ਆ ਪोटाश ਆ ਉਹ ਅੱਧਾ ਬੈਗ ਪ੍ਰਤੀ ਏਕੜ ਦੇ ਹਿਸਾਬ ਨਾਲ ਬਾਕੀ ਆ ਤੁਸੀਂ ਵੇਖਣੀ ਦਈ ਜੀ ਇਹ ਸਵਾਜੋ ਨਾ ਇਹਦਾ ਕੋਈ ਖੇਤਾਂ ਦੇ ਵਿੱਚ 4 ਕਿਲੋ ਕੋਈ 4.5 ਕਿਲੋ ਕੋਈ ਖੇਤਾਂ ਦੇ ਸਵਾ 4 ਕਿਲੋ ਬੀਜ ਦਾ ਕਿਰਾਏ ਆ ਤੇ ਇਹਦੀ ਜਰਮੀਨੇਸ਼ਨ ਵੇਖੋ ਕਿ ਡੀ ਟੌਪ ਦੀ ਕੋਈ ਗੈਪ ਨਹੀਂ ਹੈਗਾ ਜਿਵੇਂ ਅਸੀਂ ਇੱਥੇ 8 ਕਿਲੋ ਬੀਜ ਪਾ ਦਿੰਦੇ ਹਾਂ ਕਈ ਵਾਰ ਜਿਵੇਂ 8 ਕਿਲੋ ਬੀਜ ਪਾਉਂਦੇ ਆ ਤੇ ਇਹ ਬਹੁਤ ਜ਼ਿਆਦਾ ਸੰਗਣਾ ਹੋ ਜਾਂਦਾ ਕੀਦੇ ਦੇ ਮੁੱਡਾਂ ਦੇ ਵਿੱਚ ਗਾਲੇ ਦੀ ਦਿੱਕਤ ਵੀ ਹੁੰਦੀ ਆ ਐਂਡ ਤੇ ਜਦੋਂ ਪੱਕਣ ਲੱਗਦਾ ਡਿੱਗਣ ਦੀ ਦਿੱਕਤ ਵੀ ਹੁੰਦੀ ਆ ਕਿ ਬੂਟਾ ਨਹੀਂ ਮਾਰਦਾ ਮੁੱਢ ਸੁੱਕ ਬਹੁਤ ਜਾਂਦੇ ਆ ਤੇਲੇ ਦੀ ਦਿੱਕਤ ਬਹੁਤ ਹੁੰਦੀ ਆ ਤੇ ਇਸ ਕਰਕੇ ਜਿੰਨਾ ਵੀ ਸਹੀ ਸਹੀ ਰਵੇ 4 4.5 ਕਿਲੋ ਪਹਿਲੇ ਸਾਲਾਂ ਦੇ ਵਿੱਚ ਅਸੀਂ ਵੀ 10 ਕਿਲੋ ਤੋਂ ਸਟਾਰਟ ਕੀਤਾ ਸੀ ਬੀ ਪਾਉਣਾ ਘਟਾਉਂਦੇ ਘਟਾਉਂਦੇ ਹੁਣ ਅਸੀਂ ਜਾਨੀ ਕਿ 4 4.5 ਕਿਲੋ ਤੇ ਬੀਜ ਪਾਉਣ ਲੱਗੇ ਆ ਸਿੱਧੀ ਬਜਾਈ ਦੇ ਵਿੱਚ ਬਾਕੀ ਕੋਈ ਹੋਰ ਨੂੰ ਖਾਦ ਪਾਣੀ ਬਹੁਤ ਸੌਖੀ ਆ ਕਿਉਂਕਿ ਕਦੂ ਵਾਲੇ ਜਿਹੋਨੇ ਥੋੜੇ ਬੋਲੇ ਹੋ ਜਾਂਦੇ ਇਹ ਜ਼ਮੀਨ ਪੂਰੀ ਰਹਿੰਦੀ ਧੀ ਉਹ ਪ੍ਰੋਗ੍ਰੈਮੈਂਟਾਈਟ ਰਹਿੰਦੀ ਬੁਰੀ ਸਖਤ ਖਾਦ ਪਾਉਣੀ ਸਪਰੇਅ ਕਰਨੀ ਇਹਦੇ ਵਿੱਚ ਬਹੁਤ ਸੌਖੀ ਇੱਕ ਗੱਲ ਇਹ ਆ ਕਿ ਇਹ ਜਿਹੜੀ ਹੈਗੀ ਆ ਡੀਐਸਆਰ ਇਹ ਪੂਰੀਆਂ ਪਹਾੜੀਆਂ ਪੱਕੀਆਂ ਜ਼ਮੀਨਾਂ ਦੇ ਵਿੱਚ ਕਾਮਜਾਬ ਨਹੀਂ ਦੀ ਜਿਹੜੀਆਂ ਰੇਤ ਵਾਲੀਆਂ ਜ਼ਮੀਨਾਂ ਉਹਨਾਂ ਦੇ ਵਿੱਚ ਸਿੱਧੀ ਬਜਾਈ ਇੰਨੀ ਕਾਮਜਾਬ ਨਹੀਂ ਆ ਤੇ ਬਸ ਇੱਕ ਨਾ ਤਰੀਕਾ ਹਜੇ ਫਿਰ ਤੇ ਕੋਈ ਚੱਕਰ ਨਹੀਂ ਆ ਫਿਰ ਆਪਾਂ ਨੂੰ ਕਦੂ ਵਾਲਾ ਜਿਹੜਾ ਝੋਨਾ ਉਹ ਥੋੜਾ ਉਖਾ ਲੱਗਦਾ ਤੇ ਜਿਹੜਾ ਸਿੱਧੀ ਬਜਾਈ ਵਾਲਾ ਉਹ ਸਿਸਟਮ ਸਭ ਖਲਕਣ ਲੱਗ ਪੈਂਦਾ ਤੇ ਬਾਕੀ ਇਹ ਕੋਈ ਜਮਿਆਰ ਨ ਸਾਰੇ ਦੇ ਚੋਣੇ ਆਗੇ ਨ ਸਾਰੇ ਤੇ ਇਹਨਾਂ ਨੂੰ ਇੱਕ ਹੀ ਕੋਈ ਚੋਣਿਆਂ ਨੂੰ ਸਪਰੀਕ ਕੀਤੀ ਆ ਤੇ ਕਈ ਚੋਣਿਆਂ ਨੂੰ ਸਾਡੇ ਕੋਲ ਸਰੋ ਇਦਾਂ ਹੀ ਕੰਮਾਂ ਕਰਾਂ ਦੇ ਵਿੱਚ ਸੁੰਡੀ ਵਾਲੀ ਦੇ ਫੰਗੀ ਸਾਈਡ ਕਰਨ ਤੇ ਵੀ ਹਾਂ ਜਾਨੀ ਕਿ ਟਾਈਮ ਨਹੀਂ ਲੱਗਾ ਪਰ ਚੋਣੇ ਪੂਰੇ ਵਧੀਆ ਰਹੇ ਤੇ ਝਾੜ ਵੀ ਪੂਰੇ ਵਧੀਆ ਰਹੇ ਆ ਧੰਨਵਾਦ ਸਾਰੇ ਭਰਾਵਾਂ ਦਾ